ਤੁਹਾਡੀਆਂ ਨਾਰਮਲੀ ਕਿੰਨੀਆਂ ਗਲਤੀਆਂ ਆ ਜਾਂਦੀਆਂ? ਠੀਕ ਹੈ, ਆਮ ਤੌਰ ਤੇ ਇੱਕ ਦੋ ਗਲਤੀ ਹੁੰਦੀ ਹੈ। ਠੀਕ ਹੈ, ਜ਼ਬਰਦਸਤ ਜ਼ਬਰਦਸਤ। ਤੇ ਪਰਸੋਂ ਇਗਜ਼ਾਮ ਹੈ ਤੁਹਾਡਾ, ਹੈ ਨਾ? ਜ਼ਬਰਦਸਤ। ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਹੀ ਕਹਿਣਾ ਚਾਹੁੰਦਾ ਸੀ ਭਾਬੀ ਜੀ, ਗੁੱਡ ਲੱਕ ਭਾਬੀ ਜੀ। ਠੀਕ ਹੈ, ਤੇ ਮੇਰੀ ਤਰਫੋਂ ਤੁਹਾਨੂੰ ਗੁੱਡ ਲੱਕ ਹੈ। ਠੀਕ ਹੈ, ਅੱਜ ਸ਼ਾਮ ਨੂੰ ਤੁਸੀਂ ਪੜ੍ਹ ਲੈਣਾ, ਕੱਲ੍ਹ ਸ਼ਾਮ ਨੂੰ ਤੁਹਾਡਾ ਰੈਸਟ ਕਰਨੀ ਤੁਸੀਂ। ਠੀਕ ਹੈ, ਕੱਲ੍ਹ ਸ਼ਾਮ ਨੂੰ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਹੈ ਵੀ, ਤੇ ਕਿ ਕੱਲ੍ਹ ਸ਼ਾਮ ਨੂੰ ਜਿਹੜਾ ਨਾ ਤੁਸੀਂ ਆਰਾਮ ਨਾਲ ਟਾਈਮ ਸਿਰ ਸੌ ਜਾਣਾ। ਕੱਲ੍ਹ ਕੱਲ੍ਹ ਦਿਨ ਜਿਤਨਾ ਜਿੰਨਾ ਵੀ ਤੁਸੀਂ ਪੜ੍ਹਨਾ ਨਾ, ਜੋ ਵੀ ਪੜ੍ਹੋਗੇ, ਇਨ ਕੇਸ ਜੇ ਤੁਸੀਂ ਰਾਤ ਨੂੰ ਪੜ੍ਹਦੇ ਹੋ, ਸ਼ਾਮ ਨੂੰ ਪੜ੍ਹਦੇ ਹੋ, ਅੱਜ ਜਾਂ ਕੱਲ੍ਹ ਸੁਬਹ ਤੱਕ ਜੋ ਵੀ ਪੜ੍ਹਦੇ, ਜਿੰਨੀਆਂ ਗਲਤੀਆਂ ਹੋਣ ਨਾਲ ਦੇ ਨਾਲ ਮੈਨੂੰ ਭੇਜੀ ਜਾਣਾ। ਠੀਕ ਹੈ, ਮੈਂ ਕੁਛ ਹਰ ਗਲਤੀ ਦਾ ਜਿਹੜਾ ਇਗਜ਼ਾਮ ਦੇਣ ਤੋਂ ਬਾਅਦ, ਇਗਜ਼ਾਮ ਕਿੰਨੇ ਵਜੇ ਤੁਹਾਡੇ, ਕਿਹੜੇ ਟਾਈਮ ਹੈ? ਟਾਈਮ ਕੀ ਹੈ? 9:30 ਵਜੇ ਇਗਜ਼ਾਮ ਹੈ। 9:30 ਤੋਂ ਪਹਿਲੇ ਪਹਿਲੇ ਤੱਕ ਇਨ ਕੇਸ ਜੇ ਤੁਹਾਡੀ ਗਲਤੀ ਅੱਗੇ ਆਉਂਦੀਆਂ ਨੇ, ਜਿਹੜੀ ਕਨਫਿਊਜ਼ ਕਰਦੀਆਂ ਚੀਜ਼ਾਂ, ਉਹ ਸਾਰੀਆਂ ਮੈਨੂੰ ਭੇਜੀ ਜਾਣੀਆਂ ਨੇ। ਠੀਕ ਹੈ, ਮੈਂ ਸਾਰੀ ਦੇ ਰਿਪਲਾਈ ਕਰੀ ਜਾਵਾਂਗਾ। ਠੀਕ ਹੈ, ਇੱਕ ਚੀਜ਼। ਦੂਜੀ ਚੀਜ਼, ਤੁਸੀਂ ਆਪਣਾ ਜਿਹੜਾ ਨਾ ਉੱਥੇ ਨਾਲ ਰੈਜੀਡੈਂਸਾਂ ਕਰਾ, ਤੇ ਆਪਣੀ ਪਰਮਿਸ਼ਨ ਸੀ ਉਹਨੂੰ ਕੁਝ ਫਿਸਕਾਲੀ ਚੀਜ਼ ਲੈ ਕੇ ਜਾਣਾ। ਠੀਕ ਹੈ, ਨਾਰਮਲ ਰੈਜੀਡੈਂਸਾਂ ਔਰ ਕੁਝ ਫਿਸਕਾਲੀ ਚੱਲ ਜਾਂਦਾ ਹੁੰਦਾ ਹੈ, ਤੇ ਕਈ ਵਾਰੀ ਪਰਮਿਸ਼ਨ ਸੀ ਉਹਨੂੰ ਪੁੱਛ ਲੈਂਦੇ ਨੇ ਤੁਹਾਡੇ ਕੋਲ ਅਵੇਲੇਬਲ ਹੋਣੀ ਚਾਹੀਦੀ ਹੈ। ਇਹ 3 ਚੀਜ਼ਾਂ ਅਵੇਲੇਬਲ ਹੋਣੀ ਚਾਹੀਦੀਆਂ ਤੁਹਾਡੇ ਕੋਲ। ਠੀਕ ਹੈ, ਤੇ ਇਹ ਚੀਜ਼ਾਂ ਲੈ ਕੇ ਜਾਣੀਆਂ ਨੇ। ਉੱਥੇ ਤੁਸੀਂ ਜਾਣਾ ਵੇ, ਜਾ ਕੇ ਉੱਥੇ ਜਦ ਤੁਹਾਡਾ ਇਗਜ਼ਾਮ ਦਾ ਟਾਈਮ ਹੋਵੇਗਾ ਨਾ, ਠੀਕ ਹੈ, ਉਸ ਟਾਈਮ ਤੁਹਾਡਾ ਨਾਮ ਬੁਲਾਉਣਗੇ। ਤੁਹਾਡੇ ਜੇ ਤੁਸੀਂ ਪ੍ਰਾਈਵੇਟ ਕੀਤਾ ਹੋਇਆ ਹੈ ਤਾਂ ਤੁਹਾਨੂੰ ਤੁਹਾਡੀ ਫਾਈਲ ਫਿਰ ਲੈ ਜਾਣਗੇ ਤੁਹਾਡੇ ਉੱਥੋਂ ਲੈ ਕੇ ਅੰਦਰ। ਜੇ ਫਾਈਲ ਉਹ ਨਹੀਂ ਕੀਤਾ, ਪ੍ਰਾਈਵੇਟ ਨਹੀਂ ਕੀਤਾ, ਸਕੂਲ ਦੇ ਥਰੂ, ਫਿਰ ਸਕੂਲ ਵਾਲੇ ਕੋਲ ਤੁਹਾਡੀ ਫਾਈਲ ਹੋਵੇਗੀ, ਉਹ ਹੀ ਅੱਗੇ ਦੇਣਗੇ। ਠੀਕ ਹੈ, ਸਕੂਲ ਦੇ ਥਰੂ ਜੇ ਫਿਰ ਜਦ ਉਹ ਅੰਦਰ ਫਾਈਲ ਤੁਹਾਡੀ ਲੈ ਜਾਣਗੇ, ਉਹ ਅੰਦਰ ਆਪਣਾ ਪ੍ਰਪੇਅਰ ਕਰਨਗੇ ਤੁਹਾਡੇ ਇਗਜ਼ਾਮ ਲਈ, ਫਿਰ ਤੁਹਾਨੂੰ ਆਵਾਜ਼ ਦੇਣਗੇ ਨਾਮ ਤੁਹਾਡਾ ਬੁਲਾ ਕੇ। ਜਦ ਤੁਹਾਡਾ ਨਾਮ ਬੁਲਾਉਣਗੇ ਨਾ, ਤਾਂ ਤੁਸੀਂ ਅੰਦਰ ਜਾਣਾ ਹੈ, ਜਾ ਕੇ ਤੁਹਾਨੂੰ ਉਹ ਤੁਹਾਡਾ ਨਾਮ ਬੁਲਾਉਣਗੇ, ਨਾਮ ਪੁੱਛ ਕੇ, ਤੇ ਉੱਥੇ ਤੁਹਾਨੂੰ ਉਹ ਇੱਕ ਕਾਰਡ ਨੁਮਾ ਚਿਪ ਨੁਮਾ ਚਿਪ ਵਾਲਾ ਕਾਰਡ ਦੇਣਗੇ। ਠੀਕ ਹੈ, ਉਹ ਚਿਪ ਵਾਲਾ ਕਾਰਡ ਤੁਸੀਂ ਲੈ ਜਾਣਾ ਵੇ, ਲਿਜਾ ਕੇ ਤੁਸੀਂ ਉਹਦੇ ਸਿਸਟਮ ਵਿੱਚ, ਉੱਥੇ ਪੈਰੇ ਕਿਉਂ ਪਈ ਹੋਣੀ ਹੈ, ਤੇ ਉਹਦੇ ਵਿੱਚ ਤੁਸੀਂ ਲਗਾਉਣੀ ਹੈ, ਤੇ ਉੱਥੇ ਤੁਹਾਡਾ ਆਪਣਾ ਮੁਮਕਿਨ ਹੈ ਕੌਣ ਲੇਟੈਸਟ ਸਿਸਟਮ ਆਏ ਨੇ, ਕੁਝ ਫਿਸਕਾਲੀ ਕਹਿੰਦੇ ਨੇ ਮਾਰੋ ਆਪਣਾ, ਤਾਂ ਇੱਦਾਂ ਦੀ ਚੀਜ਼ਾਂ ਕਰੋ। ਠੀਕ ਹੈ, ਕੁਝ ਫਿਸਕਾਲੀ ਮੰਗਣਗੇ ਤੁਸੀਂ, ਆਪਣਾ ਕੁਝ ਫਿਸਕਾਲੇ ਮਾਰਨਾ ਤੁਸੀਂ, ਆਪਣਾ ਦੇਖਣਾ ਕਿ ਜੇ ਕਈਆਂ ਥਾਵਾਂ ਤੋਂ ਪਹਿਲੇ ਨਹੀਂ ਸੀ ਮੰਗਦੇ ਆ ਵੀ, ਠੀਕ ਹੈ, ਕਈਆਂ ਥਾਵਾਂ ਮੁਮਕਿਨ ਹੈ ਨਾ ਹੋਵੇ। ਤੇ ਜਦ ਸਕੇਦਾ ਸਟਾਰਟ ਕਰਨ ਤੋਂ ਪਹਿਲੇ ਤੁਹਾਡਾ ਉੱਥੇ ਫੋਟੋ ਆਵੇਗਾ, ਨੌਵੇਂ ਕਨੇਮੇ ਲਿਖਿਆ ਹੋਵੇਗਾ, ਤੁਸੀਂ ਆਪਣੀ ਚੀਜ਼ਾਂ ਨੂੰ ਕਨਫਰਮ ਕਰਨਾ ਹੈ, ਕਨਫਰਮ ਕਰਕੇ ਅੱਗੇ ਨੈਕਸਟ ਕਰੋਗੇ। ਜਦ ਉਹ ਨਾਲ ਇੱਕ ਨਾਲ ਤੁਹਾਨੂੰ ਜਿਹੜਾ ਨਾ ਦੱਸਣ ਵਾਲੇ, ਵੈਸੇ ਹੀ ਬੰਦਾ ਕੋਈ ਨਾ ਕੋਈ ਹੋਵੇਗਾ, ਉੱਥੇ ਦੋ ਇੰਸਟ੍ਰਕਟਰ ਹੁੰਦੇ ਨੇ ਜਿਹੜੇ ਬੰਦਾ ਐਗਜ਼ਾਮ ਲੈ ਐਗਜ਼ਾਮੀਨਟੋਰ ਐਗਜ਼ਾਮ ਲੈਣ ਜਿਹੜੇ ਆਉਂਦੇ ਨੇ। ਇੱਕ ਲੇਡੀ ਉਹ ਬੈਠ ਕੇ ਦੇਖਦੀ ਰਹੇਗੀ, ਕੈਮਰਾ ਉੱਤੇ ਲੱਗਿਆ ਹੁੰਦਾ ਹੈ, ਤੇ ਦੂਸਰਾ ਬੰਦਾ ਤੁਹਾਡੇ ਅੱਗੇ ਵਿੱਚ ਘੁੰਮ ਸਭਾਂ ਦੇ ਅੱਗੇ ਵਿੱਚ ਘੁੰਮ ਕੇ ਹੈਲਪ ਕਰਦਾ ਰਹੇਗਾ। ਠੀਕ ਹੈ, ਖਾਸ ਕਰ ਜਿਸ ਤਰ੍ਹਾਂ ਦੇਖਦੇ ਨੇ ਕਾਲਿਆਂ ਵਾਲਾ ਵਾਲਾ ਬੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਹੈ, ਇਹਨੂੰ ਜ਼ਿਆਦਾ ਨਹੀਂ ਪਤਾ ਲੱਗਣਾ, ਉਹਦੇ ਨੇੜੇ ਹੀ ਜ਼ਿਆਦਾ ਰਹਿੰਦੇ ਨੇ, ਕਿ ਇਸ ਵਾਸਤੇ ਨਹੀਂ ਕਿ ਤੁਹਾਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ, ਇਸ ਵਾਸਤੇ ਨਹੀਂ ਕਿ ਤੁਸੀਂ, ਕਿਉਂਕਿ ਜੇ ਤਾਂ ਤੁਸੀਂ ਕੋਈ ਦੋ ਨੰਬਰ ਚੀਜ਼ ਕਰਦੇ ਹੋ, ਦੁੱਖ ਗਲਤ ਚੀਜ਼ ਕਰ ਰਹੇ ਹੋ, ਫਿਰ ਤੁਹਾਡੇ ਮਨ ਵਿੱਚ ਡਰ ਹੋਣਾ ਚਾਹੀਦਾ। ਇਸ ਵਾਸਤੇ ਹੁੰਦੇ ਨੇ ਉਹ ਸਾਡੇ ਨੇੜੇ, ਸਿਰਫ ਇਸ ਵਾਸਤੇ ਹੁੰਦੇ ਨੇ ਸਾਡੇ ਨੇੜੇ, ਕਿਉਂਕਿ ਉਹਨਾਂ ਨੂੰ ਨੋਰਮਲ ਹੈ ਕਿ ਸਾਡੇ ਲੋਕੀ ਪਿੱਛੇ ਰਹਿ ਜਾਣਗੇ, ਸਾਡੇ ਲੋਕਾਂ ਨੂੰ ਮੁਮਕਿਨ ਹੈ ਅਟਾਰੇ ਨੂੰ ਇੰਨੀ ਸਮਝ ਨਾ ਲੱਗੇ, ਸਾਡੇ ਲੋਕੀ ਮੁਮਕਿਨ ਹੈ ਕਨਫਿਊਜ਼ ਹੋ ਕੇ ਇੱਕ ਜਗ੍ਹਾ ਖੜ ਜਾਣ। ਠੀਕ ਹੈ, ਕੁਝ ਸਟੈਪਸ ਹੁੰਦੇ ਨੇ ਜਿਹੜੇ ਆਪੂ ਲੈਣੇ ਹੁੰਦੇ ਨੇ ਉੱਥੇ, ਤੇ ਜੇ ਤੁਹਾਨੂੰ ਨਹੀਂ ਸਮਝ ਲੱਗਦੀ, ਉਹ ਫਿਰ ਬੰਦੇ ਤੁਹਾਡੇ ਕੋਲ ਆਉਂਦੇ ਨੇ, ਕਹਿੰਦੇ ਇਹਨੂੰ ਇਹ ਫਾਰਵਰਡ ਕਰੀ ਜਾਓ, ਨੈਕਸਟ ਕਰੀ ਜਾਓ, ਫਾਰਵਰਡ ਕਰੀ ਜਾਓ। ਠੀਕ ਹੈ, ਉਹ ਚੀਜ਼ਾਂ ਤੁਸੀਂ ਫਿਰ ਕਰ ਲੈਣੀਆਂ ਨੇ। ਤੇ ਜੇ ਤੁਹਾਡੇ ਹੈਂਡ ਫਰੀ ਹੋਵਣ ਤਾਂ ਤੁਸੀਂ ਉਹਨਾਂ ਨੂੰ ਪੁੱਛਣਾ ਕਿ ਮੇਰੇ ਹੈਂਡ ਫਰੀ ਨੇ, ਮੇਰੇ ਕਿਹੜਾ ਕੀਤਾ ਹੋਇਆ ਹੈ। ਜੇ ਹੈਂਡ ਫਰੀ ਨਹੀਂ ਹੈ ਵੀ, ਹੈਂਡ ਫਰੀ ਲਈ ਸਿੱਧੀ ਚੀ ਐਵਰੋ 16 ਯੂਰੋ ਦੀ ਇੱਕ ਮਾਰਕਅਪ ਹੀ ਬੋਲੋ, ਐਕਸਟਰਾ ਲੱਗਦੀ ਹੈ, ਔਰ ਉਹਦੇ ਨਾਲ ਮੋਟੀਵਿਕ ਉਹ ਸਾਈਨ ਲਿਖ, ਆਪਣਾ ਨਾਮ ਪਤਾ ਨਮਕ ਨਮੇ ਵਗੈਰਾ ਲਿਖ ਕੇ ਨਾ, ਤੇ ਟਿਕ ਮਾਰ ਕੀਤੀ ਹੁੰਦੀ ਕਿ ਸਾਨੂੰ ਹੈਂਡ ਫਰੀ ਦੀ ਲੋੜ ਕਿਉਂ ਹੈ ਵੀ। ਠੀਕ ਹੈ, ਵਿਚ ਸਪੀਕਰ ਵਗੈਰਾ ਲਈ। ਠੀਕ ਹੈ, ਤੇ ਜਿਵੇਂ ਕਿ ਅਸੀਂ ਲਿਖ ਦਿੰਦੇ ਨੇ ਕਿ ਸਾਨੂੰ ਜ਼ਬਾਨ ਵਿੱਚ ਪ੍ਰੋਬਲਮ, ਲੈਂਗੁਏਜ ਦੀ ਪ੍ਰੋਬਲਮ ਹੈ। ਠੀਕ, ਕਿਉਂਕਿ ਅਸੀਂ ਗੈਰ ਮੁਲਕੀ ਆ, ਤੇ ਉੱਥੇ ਜਿਹੜਾ ਬੰਦਾ ਅੱਗੇ ਪਿੱਛੇ ਘੁੰਮਦਾ ਹੋਵੇਗਾ ਤੁਹਾਡੀ ਹੈਲਪ ਲਈ ਹੈ। ਠੀਕ ਹੈ, ਉਹਨੂੰ ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਉਹਨੂੰ ਪੁੱਛ ਲੈਣਾ, ਉਹਨੂੰ ਹੈਲਪ ਲੈ ਲੈਣੀ, ਕੋਈ ਬੁਰੀ ਗੱਲ ਨਹੀਂ ਹੈ। ਠੀਕ ਹੈ, ਕਿਉਂਕਿ ਜਿਹੜੇ ਬੰਦੇ ਔਰ ਇਸੇ ਘਰ ਹੀ ਨੇ, ਇਨ ਕੇਸ ਕਿਤੇ ਵੀ ਅੱਗੇ ਕੋਈ ਪ੍ਰੈਸ਼ਰ ਕੋਈ ਪਿੱਛੇ ਨਹੀਂ ਰਹਿੰਦਾ ਹੈ ਵੀ ਬੰਦਾ। ਠੀਕ ਹੈ, ਕੋਈ ਬੰਦਾ ਆ ਕੇ ਕਹਿੰਦਾ ਨਹੀਂ ਯਾਰ ਸਭਾਂ ਦੇ ਸਟਾਰਟ ਹੋ ਗਏ, ਮੇਰਾ ਸਟਾਰਟ ਨਹੀਂ ਹੋਇਆ ਇਗਜ਼ਾਮ। ਠੀਕ ਹੈ, ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਤੁਹਾਡਾ 10 ਮਿੰਟ ਬਾਅਦ ਵੀ ਸਟਾਰਟ ਹੋ ਜਾਏ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਤੁਹਾਨੂੰ ਤੁਹਾਡਾ ਟਾਈਮ ਪੂਰਾ ਦਿੱਤਾ ਜਾਏਗਾ, ਹਰ ਕਾਰਡ ਦਾ ਆਪਣਾ ਟਾਈਮ ਹੁੰਦਾ ਹੈ। ਜਦ ਇਗਜ਼ਾਮ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਪ੍ਰੋਵਾ 8-10 ਕੁਐਸਚਨਾਂ ਦਾ ਕਰਾਉਣਗੇ ਕਿ ਤੁਸੀਂ ਇਹ ਜਿਹੜਾ ਸਿਸਟਮ ਹੈ ਉਹ ਫੰਕਸ਼ਨ ਕਿਵੇਂ ਕਰਦਾ ਹੈ, ਜਿਹੜਾ ਸੋਫਟਵੇਅਰ ਹੈ ਉਹਨਾਂ ਦਾ ਉਹ ਫੰਕਸ਼ਨ ਕਿਵੇਂ ਕਰਦਾ ਹੈ। ਪਹਿਲੇ ਪ੍ਰੋਵਾ ਕਰਾਉਣਗੇ ਵੀ ਇੱਦਾਂ ਇੱਦਾਂ ਕਰੋ, ਫਾਰਵਰਡ ਕਰੋ, ਫਿਰ ਉਹ ਕਿਉਂ ਦੀ ਇਗਜ਼ਾਮ ਵਗੈਰਾ ਕਰਾਉਣ, ਉਹ
ਪਹਿਲੇ 8-10 ਕੁਐਸਚਨਾਂ ਦਾ, ਉਹਦਾ ਕੋਈ ਪ੍ਰੋਬਲਮ ਨਹੀਂ ਹੈ, ਠੀਕ ਹੈ। ਉਹ ਬੰਦ ਕਰਨਾ ਹੈ, ਫਿਰ ਉਹਦੇ ਤੋਂ ਬਾਅਦ ਨਵਾਂ ਸਕੇਦਾ ਜਦ ਸ਼ੁਰੂ ਕਰਨਾ ਨਾ ਸੈਕਿੰਡ ਟਾਈਮ, ਉਹ ਤੁਹਾਡਾ ਸਕੇਦਾ ਆਉਣਾ, ਉਹ ਸਕੇਦਾ ਆਉਣਾ ਜਿਹੜਾ ਤੁਸੀਂ ਇੱਕ ਵਾਰੀ ਇੱਕ ਸਕੇਦਾ ਵਧੀਆ ਕਰਨਾ ਤੇ ਸਾਰੀ ਜ਼ਿੰਦਗੀ ਬਸ ਜਿੰਦ ਛੁੱਟ ਜਾਣੀ ਹੈ, ਠੀਕ ਹੈ, ਟੈਨਸ਼ਨ ਹੀ ਮੁੱਕ ਜਾਣੀ ਹੈ। ਫਿਰ ਤੁਸੀਂ ਇੱਕ ਸਕੇਦਾ ਵਧੀਆ ਕਰਨਾ, ਸਕੇਦਾ ਵਧੀਆ ਕਰਨ ਵਾਸਤੇ ਇੰਪੋਰਟੈਂਟ ਇਹ ਹੈ ਕਿ ਤੁਸੀਂ ਸਭ ਤੋਂ ਪਹਿਲੀ ਚੀਜ਼, ਮੁੰਡੇ ਵੀ ਖਾਸ ਕਰ ਤੇ ਕੁੜੀਆਂ ਸਭ ਤੋਂ ਜ਼ਿਆਦਾ ਨਰਵਸ ਹੋ ਜਾਂਦੇ ਨੇ, ਠੀਕ ਹੈ। ਨਰਵਸਨੈਸ ਵਿੱਚੋਂ ਨਿਕਲਣ ਦਾ ਸੌਖਾ ਹੱਲ ਹੈ, ਠੀਕ ਹੈ, ਕਿਉਂਕਿ ਨਰਵਸ ਬੰਦਾ ਤਾਂ ਹੋਵੇ ਜੇ ਕੋਈ ਗਲਤ ਕੰਮ ਕਰਦਾ ਪਿਆ, ਹੈ ਨਾ, ਜਦ ਤੁਸੀਂ ਪੜ੍ਹ ਕੇ ਕੀਤਾ ਹੋਇਆ, ਠੀਕ ਹੈ, ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ ਫਿਰ, ਠੀਕ ਹੈ। ਫਿਰ ਨਰਵਸ ਕਾਹਤੋਂ, ਤੁਹਾਡੇ ਹੱਥ ਉਹ ਇੱਕ ਸਕੇਦਾ ਹੋਵੇ ਤੁਸੀਂ ਵਧੀਆ ਕਰਨਾ। ਨਰਵਸਨੈਸ ਵਿੱਚ ਨਿਕਲਣ ਦਾ ਬਹੁਤ ਈਜ਼ੀ ਹੱਲ ਹੈ, ਜਦ ਤੁਸੀਂ ਇੱਕ ਸਕੇਦਾ ਕਰਨਾ ਨਾ, ਅੱਧਾ ਘੰਟਾ ਬਹੁਤ ਟਾਈਮ ਹੁੰਦਾ, 4-5 ਵਾਰੀ ਬੰਦਾ ਨਾਲ, ਠੀਕ ਹੈ, ਜਦ ਬੰਦਾ ਨਹੀਂ ਕਿਹਾ, ਇਨਕੇਸ ਬੰਦਾ ਨਾਰਮਲ ਹੈ, ਤੁਸੀਂ ਨਹੀਂ ਹੈ, ਸਾਰੇ ਨਰਵਸ ਹੋ ਜਾਂਦੇ, ਥੋੜ੍ਹੇ ਜਿੰਨੇ ਹੋ ਜਾਂਦੇ, ਠੀਕ ਹੈ। ਜਿਹੜਾ ਹੋਣਾ ਬਣਦਾ ਨਹੀਂ ਹੈ ਵੀ ਜੈਨੂਅਲੀ ਨਹੀਂ ਬਣਦਾ, ਕਿਉਂਕਿ ਤੁਸੀਂ ਸਹੀ ਕੰਮ ਕਰ ਲੱਗੇ ਹੋ, ਤੁਸੀਂ ਤਿਆਰੀ ਕੀਤੀ ਹੋਈ, ਤੁਸੀਂ ਮਿਹਨਤ ਕੀਤੀ ਹੋਈ ਹੈ, ਠੀਕ ਹੈ। ਜੈਨੂਅਲੀ ਤੁਹਾਨੂੰ ਨਰਵਸ ਨਹੀਂ ਹੋਣਾ ਚਾਹੀਦਾ, ਕਿਉਂਕਿ ਨਾਰਮਲ ਹੈ, ਸਾਰੇ ਹੋ ਜਾਂਦੇ ਨੇ। ਇਸ ਕਰਕੇ ਇਹਦਾ ਹੱਲ ਕੀ ਹੈ, ਇਹਦਾ ਹੱਲ ਇਹ ਹੈ, ਸਭ ਤੋਂ ਬੈਸਟ ਫੋਕਸ ਰੱਖਣਾ ਇਸ ਚੀਜ਼ ਦੇ ਉੱਤੇ, ਠੀਕ ਹੈ, ਜਿਹੜੀ ਮੈਂ ਹੁਣ ਦੱਸਣ ਲੱਗਾ, ਠੀਕ ਹੈ। ਜਿਵੇਂ ਕਿ ਮੈਂ ਗਿਆ ਸੀ ਉੱਥੇ ਐਗਜ਼ਾਮ ਦੇਣ, ਮੈਨੂੰ ਦੂਸਰਾ ਕੁਐਸਚਨ ਜਿਹੜਾ ਨਾ ਉਹ ਮੈਨੂੰ ਅੜ ਗਿਆ ਸੀ, ਮੁਸ਼ਕਲ ਲੱਗਣ ਲੱਗ ਪਿਆ ਸੀ, ਠੀਕ ਹੈ। ਯਾਨੀ ਕਿ ਦੂਸਰਾ ਕੁਐਸਚਨ ਇਹ ਨਹੀਂ ਮੈਂ ਪੜ੍ਹਿਆ ਨਹੀਂ ਸੀ, 21 ਨੰਬਰ ਚੈਪਟਰ ਦਾ ਸੀ ਕੁਐਸਚਨ, ਈਜ਼ੀ ਕੁਐਸਚਨ ਸੀ, ਲੇਕਿਨ ਉਹ ਕਈ ਵਾਰੀ ਬੰਦਾ ਥੋੜ੍ਹਾ ਬਹੁਤ ਨਰਵਸ ਹੁੰਦਾ, ਕਨਫਿਊਜ਼ ਹੋ ਜਾਂਦਾ, ਠੀਕ ਹੈ, ਉਹਦਾ ਸਿਚੁਏਸ਼ਨ ਮੇਰੀ ਹੋ ਗਈ ਸੀ, ਠੀਕ ਹੈ। ਲੇਕਿਨ ਮੈਂ ਕੁਝ ਥੋੜ੍ਹੀ ਦੇਰ ਉੱਥੇ ਰੁਕਿਆ, ਲੇਕਿਨ ਰੁਕ ਕੇ ਤਾਂ ਮੈਨੂੰ ਹਿਸਾਬ ਲਿਆ, ਮੈਂ ਕਿਹਾ ਕਿ ਮੈਂ ਤਾਂ ਇਹ ਦੂਸਰੇ ਕੁਐਸਚਨ ਦੇ ਉੱਤੇ ਟਾਈਮ ਵੇਸਟ ਕਰ ਰਿਹਾ, ਇਹ ਤਾਂ ਮੈਂ ਆਪਣੀ ਵੈਲਿਊ ਨਹੀਂ ਰੱਖਦਾ ਹੈ ਵੀ, ਅੱਗੇ 30 ਕੁਐਸਚਨ ਹੈ ਮੇਰੇ ਲਈ, ਉਹ ਵੈਲਿਊ ਰੱਖਦੇ ਨੇ, ਇਹ ਨਾ ਵੀ ਕਰਾਂ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਤੇ ਮੈਂ ਕੀ ਕੀਤਾ, ਮੈਂ ਉਹਨੂੰ ਛੱਡਿਆ, ਫਿਰ ਵੀ ਯਾਨੀ ਕਿ ਥੋੜ੍ਹਾ ਪਹਿਲੇ ਜਿਹੜਾ ਹੁੰਦਾ ਨਾ ਬੰਦਾ, ਉਹ ਥੋੜ੍ਹਾ ਜਿਹਾ ਅੱਗੇ ਜਾਂਦਾ ਨਾ, 8-10 ਕੁਐਸਚਨ ਤੁਸੀਂ ਕੱਢ ਰਹੋਗੇ ਨਾ, ਭਾਵੇਂ ਤੁਸੀਂ ਪਹਿਲੇ 4 ਛੱਡ ਵੀ ਦਿੱਤੇ ਨੇ, ਪਹਿਲਾ ਨਹੀਂ ਆਉਂਦਾ ਛੱਡ ਦਿਓ, ਦੂਜਾ ਨਹੀਂ ਆਉਂਦਾ ਛੱਡ ਦਿਓ, ਤੀਜਾ ਨਹੀਂ ਆਉਂਦਾ ਛੱਡ ਦਿਓ, ਚੌਥਾ ਨਹੀਂ ਆਉਂਦਾ ਛੱਡ ਦਿਓ, ਚੌਵੇਂ ਛੱਡ ਦਿਓ, ਪੰਜਵੇਂ ਤੋਂ ਸਟਾਰਟ ਕਰ ਲਓ, ਠੀਕ ਹੈ। ਜਦ ਤੁਸੀਂ ਥੋੜ੍ਹੇ ਦਿਨ ਅੱਗੇ ਚਲੋਗੇ, 10-15 ਕੁਐਸਚਨ ਹੋ ਜਾਣਗੇ ਤੁਹਾਡੇ, ਫਿਰ ਤੁਸੀਂ ਰਿਲੈਕਸ ਹੋ ਜਾਓਗੇ, ਠੀਕ ਹੈ। ਫਿਰ ਤੁਹਾਨੂੰ ਸਮਝ ਲੱਗ ਜਾਏ ਕਿ ਹਾਂ ਮੈਨੂੰ ਸਮਝ ਲੱਗ ਰਹੀ ਹੈ, ਕੁਐਸਚਨ ਈਜ਼ੀ ਆ ਰਹੇ ਨੇ, ਕਿਉਂਕਿ ਨਾਰਮਲੀ ਉੱਥੇ ਕੀ ਹੁੰਦਾ, ਬੰਦਾ ਸੋਚਦਾ ਕਿ ਮੁਸ਼ਕਲ ਹੋਣਾ, ਨਹੀਂ, ਜਿਹੜਾ ਅਸੀਂ ਸੋਫਟਵੇਅਰ ਯੂਜ਼ ਕਰ ਰਹੇ ਨਾ ਹੁਣ, ਉਹ ਸੋਫਟਵੇਅਰ ਇਹਦੇ ਨਾਲ ਬਹੁਤ ਈਜ਼ੀ ਹੁੰਦਾ, ਠੀਕ ਹੈ, ਔਰ ਉਹਦੇ ਉੱਤੇ ਉਹਦੇ ਵਿੱਚ ਈਜ਼ੀ ਕੁਐਸਚਨ ਹੁੰਦੇ ਨੇ, ਠੀਕ ਹੈ। ਤੇ ਉਹਦੇ ਵਿੱਚ ਮੈਂ ਜਿਹੜੇ ਜ਼ਿਆਦਾਤਰ ਕੁਐਸਚਨ ਹੋਣਗੇ ਉਹ ਇੱਕ ਲਾਈਨ ਵਾਲੇ ਹੋਣਗੇ, ਠੀਕ ਹੈ, ਇੱਕ ਲਾਈਨ ਵਾਲੇ। ਇਸ ਕਰਕੇ ਫੋਕਸ ਰੱਖਣਾ ਹੈ ਕਿ ਕਿਸੇ ਕੁਐਸਚਨਾਂ ਤੇ ਰੁਕਣਾ ਨਹੀਂ ਹੈ, ਵੀ ਕੰਟੀਨਿਊ ਰੱਖਣਾ ਹੈ, ਚਲਾਈ ਦਿਓ ਅੱਗੇ ਕੁਐਸਚਨ, ਮੁਸ਼ਕਲ ਲੱਗਦਾ ਛੱਡ ਦਿਓ ਅੱਗੇ ਜਾਣ ਦਿਓ, ਮੁਸ਼ਕਲ ਲੱਗਦਾ ਛੱਡ ਦਿਓ ਅੱਗੇ ਜਾਣ ਦਿਓ, ਠੀਕ ਹੈ, ਕਿਉਂਕਿ ਤੁਸੀਂ ਟਾਈਮ ਵੀ ਬਚਾਉਣਾ ਨਾ, ਜੇ ਈਜ਼ੀ ਕੁਐਸਚਨ ਪਹਿਲੇ ਕਰ ਲਓਗੇ, ਫਿਰ 2-4-5 ਕੁਐਸਚਨ ਤੁਹਾਡੇ ਕੋਲ ਇਨ ਕੇਸ ਰਹਿ ਗਏ ਨੇ, ਉਹਨਾਂ ਦਾ ਕੀ ਹੈ, ਫਿਰ ਤੁਹਾਡੇ ਕੋਲ ਟਾਈਮ ਇਨਾਫ ਹੈ ਕਿ ਤੁਸੀਂ ਆਪਣਾ ਉਹਨਾਂ ਤੇ ਆਪਣਾ 10 ਮਿੰਟਾਂ ਤੁਸੀਂ ਪਹਿਲੀ ਵਾਰੀ ਸਾਰਾ ਦੇਖ ਆਉਂਦੇ ਹੋ, 5 ਕੁਐਸਚਨ ਤੁਸੀਂ ਛੱਡ ਦਿੱਤੇ ਨੇ, ਤੁਹਾਡੇ ਕੋਲ 20-22 ਮਿੰਟ 25 ਮਿੰਟ ਜ਼ਰੂਰ ਹੋਣੇ ਨੇ, ਠੀਕ ਹੈ। 20-22 ਮਿੰਟ ਹੋਣਗੇ ਤੁਹਾਨੂੰ 5 ਕੁਐਸਚਨਾਂ ਤੇ ਫੋਕਸ ਦੇਣ ਲਈ, 4 ਕੁਐਸਚਨਾਂ ਫੋਕਸ ਦੇਣ ਲਈ, 2 ਕੁਐਸਚਨਾਂ ਫੋਕਸ ਦੇਣ ਲਈ, ਜਿਹੜੇ ਤੁਸੀਂ ਛੱਡ ਕੇ ਗਏ ਹੋਏ ਹੋ, ਠੀਕ ਹੈ। ਤੇ ਮਦਦ ਦੀ ਗੱਲ ਹੈ, ਜਿਹੜੇ ਬੰਦਿਆਂ ਨੂੰ ਜਿਹਨਾਂ ਨੂੰ ਬੰਦਾ ਟਾਈਮ ਦਿੰਦਾ ਨਾ, ਆਖਰੀ 20 ਮਿੰਟ ਜਿਹੜੇ 5 ਕੁਐਸਚਨ ਬੰਦਾ ਛੱਡ ਕੇ ਗਿਆ ਹੁੰਦਾ, ਉਹਨਾਂ 'ਚੋਂ ਗਲਤੀ ਨਹੀਂ ਨਿਕਲਦੀ, ਗਲਤੀ ਉਹਨਾਂ 'ਚੋਂ ਨਿਕਲਦੀ ਹੈ ਛੋਟੇ ਛੋਟੇ ਕੁਐਸਚਨਾਂ ਵਿੱਚੋਂ, ਜਿਹਨਾਂ ਨੂੰ ਬੰਦਾ ਕੌਨਫੀਡੈਂਸ ਨਾਲ ਬੇਧਿਆਨੀ ਕਰ ਗਿਆ, ਬੰਦਾ ਥੱਲੀ ਹੁੰਦਾ ਯਾਰ ਇਹ ਮੇਰਾ ਕਿੱਥੇ ਗਲਤ ਹੋਣਾ, ਉਹ ਬੰਦਾ ਵੇਰੋ ਫਾਲਤੂ ਗਲਤ ਕਰ ਜਾਂਦਾ, ਠੀਕ ਹੈ। ਆਰਾਮ ਨਾਲ ਤਸੱਲੀ ਨਾਲ ਜਦ ਤੁਸੀਂ ਦੂਜੀ ਵਾਰੀ ਆਉਣਾ ਵਾਪਸ ਖਤਮ ਕਰਕੇ, ਜਿਹੜੇ ਕੁਐਸਚਨ ਰਹਿ ਜਾਣ ਉਹਨਾਂ ਨੂੰ ਟਾਈਮ ਦੇਣਾ, ਜੇ ਕੋਈ ਮੁਸ਼ਕਲ ਲੱਗਦਾ ਫਿਰ ਛੱਡ ਜਾਓ, ਅੱਗੇ ਜਾਓ, ਜਾ ਕੇ ਅਗਲੇ ਜਿਹੜੇ ਕੁਐਸਚਨ ਕਰਦੇ ਹੁੰਦੇ ਨੇ ਕਰੋ, ਫਿਰ ਐਂਡ ਤੇ ਤੁਹਾਨੂੰ ਪਤਾ ਲੱਗ ਜਾਏਗਾ ਮੇਰਾ ਇੱਕ 10 ਨੰਬਰ ਰਹਿ ਗਿਆ ਕੁਐਸਚਨ, 15 ਨੰਬਰ ਕੁਐਸਚਨ ਰਹਿ ਗਿਆ, ਠੀਕ ਹੈ, 1-2 ਕੁਐਸਚਨ ਰਹਿ ਜਾਂਦੇ, ਉਹਨਾਂ ਨੂੰ ਆਰਾਮ ਨਾਲ ਟਾਈਮ ਦਿਓ, ਇਨ ਕੇਸ ਜੇ ਤੱਕ ਜਿਹੜਾ ਤੁਹਾਡੇ ਨਾਲ ਹੋਣਾ ਨਹੀਂ ਹੈ ਕੇਸ, ਇਹ ਆਖਰੀ ਮੈਂ ਹੱਲ ਦੱਸਣ ਗਿਆ, ਇਨ ਕੇਸ ਜੇ ਤੁਹਾਡੇ ਕੁਐਸਚਨ 2 ਆ ਜਾਂਦੇ 3 ਆ ਜਾਂਦੇ ਨੇ, ਠੀਕ ਹੈ, ਵੀ ਜਿਹੜੇ ਤੁਹਾਨੂੰ ਸਮਝ ਨਹੀਂ ਲੱਗਦੀ ਜਾਂ ਪਤਾ ਹੀ ਨਹੀਂ ਹੈ ਕਿੱਧਰੋਂ ਆ ਗਏ ਨੇ, ਜਾਂ ਜਿਹਨਾਂ ਦਾ ਫੋਕਸ ਨਹੀਂ ਹੈ ਕਿਸੇ ਸੋਫਟਵੇਅਰ ਦਾ, ਤੁਹਾਨੂੰ ਨਵੇਂ ਕੁਐਸਚਨ ਮਿਲ ਜਾਣ 2-3, ਠੀਕ ਹੈ, ਜਿਹੜੇ ਕਿ ਜੈਨੂਅਲੀ ਹੁੰਦੇ ਨਹੀਂ ਨਵੇਂ, ਲੇਕਿਨ ਤੁਹਾਨੂੰ ਨਵੇਂ ਲੱਗਦੇ ਨੇ ਬੰਦੇ ਨੂੰ ਉਸ ਟਾਈਮ, ਠੀਕ ਹੈ। ਇਨ ਕੇਸ ਇੱਦਾਂ ਦੇ 1-2-3 ਕੁਐਸਚਨ ਆ ਜਾਂਦੇ ਨੇ ਜਿਹੜੇ ਤੁਹਾਨੂੰ ਬਿਲਕੁਲ ਹੀ ਨਹੀਂ ਸਮਝ ਲੱਗ ਰਹੀ, ਇੱਦਾਂ ਦਾ ਕੋਈ ਇਹਨਾਂ ਦਾ ਕੇਸ ਤੁਹਾਡੇ ਨਾਲ ਹੀ ਹੋਣਾ, ਲੇਕਿਨ ਮੈਂ ਸਭ ਪੁੱਛ ਦੱਸ ਰਿਹਾ, ਜੇ ਤੁਹਾਡੇ ਕੋਲ ਆ ਜਾਂਦੇ ਕੁਐਸਚਨ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਵੇਰੋ ਨੇ ਫਾਲਸੋ ਨੇ, ਉਹਨਾਂ ਦਾ ਇੱਕੋ ਹੀ ਹੱਲ ਹੈ, ਜਾਂ ਉਹਨਾਂ ਨੂੰ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈ, ਜਾਂ ਉਹਨਾਂ ਨੂੰ ਵੇਰੋ ਕਰ ਦਿਓ ਸਭਾਂ ਨੂੰ, ਜਾਂ ਉਹਨਾਂ ਨੂੰ ਫਾਲਸੋ ਕਰ ਦਿਓ ਸਭਾਂ ਨੂੰ, ਠੀਕ ਹੈ, ਕਿਉਂਕਿ ਮੇਨ ਅਸੀਂ ਦਿਮਾਗ ਲਈਏ ਤਾਂ ਉਹ ਤਿੰਨੇ ਗਲਤ ਕਰਦੀ ਹੈ ਨਾ,
ਜਾਂ ਫਿਰ ਹੋ ਜਾਣ ਸਾਰੇ, ਜਾਂ ਫਾਲਤੂ ਹੋ ਜਾਣ, ਜੇ ਕਿਉਂਕਿ ਪਤਾ ਹੀ ਨਹੀਂ ਹੈਗਾ ਕਿ ਪਤਾ ਨਾ ਹੋਣ ਦੇ ਨਾਲ ਤੁਸੀਂ ਯਾ ਸਭਾ ਨੂੰ ਵੇਰੋ ਕਰਦੇ ਜਾਂ ਫਾਲਤੂ ਕਰਦੇ, ਠੀਕ ਹੈ? ਉਹਦੇ ਵਿੱਚ ਇੱਕ ਅੱਧਾ ਵੀ, ਕਿਉਂਕਿ ਤੁਹਾਨੂੰ ਸਿਰਫ 36 ਕੁਐਸਚਨ ਚਾਹੀਦੇ ਨੇ, ਠੀਕ 36 ਕੁਐਸਚਨ ਆਰਾਮ ਨਾਲ ਠੀਕ ਨਿਕਲ ਆਉਂਦੇ ਨੇ। ਇਹ 10% ਜਿਹੜਾ ਦਿੱਤੇ ਨੇ ਨਾ ਸਾਨੂੰ ਗੁੰਜਾਇਸ਼, ਜਿਹੜੇ 4 ਕੁਐਸਚਨ ਦੀ ਗੁੰਜਾਇਸ਼ ਦਿੱਤੀ ਨੇ, ਛੂਟ ਦਿੱਤੀ ਨੇ, ਇਹ ਬਹੁਤ ਕਾਫੀ ਹੈ, ਠੀਕ ਹੈ, ਇਨਾਫ ਹੈ। ਤੇ ਆਰਾਮ ਨਾਲ ਤੁਸੀਂ ਕਿੱਦਾਂ ਕਰ ਲੋਗੇ, ਈਜ਼ੀ ਕੁਐਸਚਨ ਆਉਂਦੇ ਨੇ, ਇੱਕ ਲਾਈਨ ਦੋ ਲਾਈਨ ਦੇ, ਦੋ ਕੁਐਸਚਨ ਤਾਂ ਤੁਹਾਡੇ 14 ਨੰਬਰ ਕੁਐਸਚਨ ਵਿੱਚ ਚੈਪਟਰ ਵਿੱਚ ਹੋਣਗੇ, ਠੀਕ ਹੈ? ਤੇ ਇਸ ਕਰਕੇ ਕੋਈ ਪ੍ਰੈਸ਼ਰਾਈਜ਼ ਨਹੀਂ ਹੋਣਾ ਹੈ ਵੀ, ਠੀਕ ਹੈ? ਸ਼ਾਮ ਨੂੰ ਆਰਾਮ ਨਾਲ ਸੋਣਾ ਹੈ, ਨੀਂਦ ਪੂਰੀ ਕਰਨੀ ਹੈ, ਸੁਬਾਹ ਆਪਣੀ ਨੀਂਦ ਪੂਰੀ ਕਰਕੇ ਉੱਠਣਾ ਹੈ, ਠੀਕ ਹੈ? ਉੱਠ ਕੇ ਸਿੱਕੇ ਦਾ ਐਗਜ਼ਾਮ ਦੇਣ ਤੋਂ ਪਹਿਲੇ, ਜਾਣ ਤੋਂ ਪਹਿਲੇ ਇੱਕ ਦੋ ਸਿੱਕੇ ਦਾ ਕਰ ਲੈਣਾ, ਬਸ ਦੋ ਜਾਂ ਤਿੰਨ ਸਿੱਕੇ ਦੇ ਕਰ ਲੈਣੇ। ਇੱਕ ਅੱਧ ਲਿਖਣ ਨੇ ਵਾਰਮ ਅਪ ਲਈ, ਜਿਵੇਂ ਬੰਦਾ ਕੁਛ ਵੀ ਕਰਦਾ, ਕਿਉਂਕਿ ਸੁਬਾਹ ਨਾਰਮਲੀ ਤੁਸੀਂ ਉੱਠੋਗੇ ਨਾ, ਸਿੱਕੇ ਦੇ ਕਰੋਗੇ ਤੇ ਇੱਕ ਦੋ ਗਲਤੀ ਵੱਧ ਹੋਈ ਹੁੰਦੀ ਹੈ ਬੰਦੇ ਦੀ, ਕਿਉਂਕਿ ਬੰਦਾ ਪ੍ਰੋਪਰ ਫਰੈਸ਼ ਨਹੀਂ ਹੁੰਦਾ ਹੈ ਵੀ, ਠੀਕ ਹੈ? ਵਾਰਮ ਅਪ ਲਈ ਸੁਬਾਹ, ਵਾਰਮ ਅਪ ਲਈ ਤੁਸੀਂ ਸੁਬਾਹ ਇੱਕ ਦੋ ਕੁਐਸਚਨ ਚੈਪਟਰ ਜਾਂ ਤਿੰਨ, ਸੋਰੀ, ਇੱਕ ਦੋ ਜਿਹੜਾ ਨਾ ਸਿੱਕੇਦਾ ਕਰਨੇ, ਤਿੰਨ ਸਿੱਕੇਦੇ ਕਰਨੇ ਨੇ, ਠੀਕ ਹੈ? ਇਹਦੇ ਤੋਂ ਵੱਧ ਸਿੱਕੇਦੇ ਨਹੀਂ ਕਰਨੇ ਹੈ ਵੀ, ਠੀਕ ਹੈ? ਇਹ ਨਾ ਹੋਵੇ ਤੁਸੀਂ ਦਿਮਾਗ ਘਰੇ ਖਰਾਬ ਕਰਕੇ ਚਲੇ ਜਾਓ ਉੱਥੇ, ਕਿ ਫਿਰ ਕਹੋ ਉਹਨਾਂ ਨੇ ਫੇਲ ਕਰ ਦਿੱਤਾ। ਫਰੈਸ਼ ਰਹਿਣਾ, ਕੌਨਫੀਡੈਂਸ ਰਹਿਣਾ, ਤਸੱਲੀ ਰਹਿਣਾ। ਤੁਹਾਡਾ ਕੌਨਫੀਡੈਂਸ ਹੋਣਾ ਜ਼ਰੂਰੀ ਨਹੀਂ ਹੈ, ਮੈਨੂੰ ਤੁਹਾਡੇ 'ਤੇ ਤਸੱਲੀ ਹੈ, ਇਹ ਬਹੁਤ ਜ਼ਿਆਦਾ ਵੈਲਿਊ ਰੱਖਦਾ, ਠੀਕ ਹੈ? ਮੈਨੂੰ ਤੁਹਾਡੇ 'ਤੇ ਯਕੀਨ ਹੈ, ਮੈਨੂੰ ਤੁਹਾਡੇ 'ਤੇ ਤਸੱਲੀ ਹੈ, ਟੈਨਸ਼ਨ ਨਾ ਰੱਖੋ ਵੀ, ਠੀਕ ਹੈ? ਠੀਕ ਹੈ, ਸਿਰਫ ਫੋਕਸ ਰੱਖਣਾ ਹੈ ਕਿ ਨਰਵਸ ਨਹੀਂ ਹੋਣਾ, ਨਰਵਸ ਨਾ ਹੋਣੇ, ਅਸੀਂ ਕੁਐਸਚਨ ਕਰਦੇ ਆ ਰਹਿਣਾ, ਅੱਗੇ ਨਿਕਲਣਾ, ਛੱਡਣੇ ਨਹੀਂ, ਛੱਡ ਹੀ ਜਾਣਾ ਜਿਹੜੇ ਮੁਸ਼ਕਲ ਹੋਣ, ਠੀਕ ਹੈ? ਕੋਈ ਕੁਐਸਚਨ ਕੁਝ ਪੁੱਛਣਾ ਚਾਹੋ ਤੇ?